सत श्री अकाल जी, स्वागत है तुहाडा एकता लहर न्यूज़ दे विच। एकता लहर की टीम इस वक्त पहुंची आ नकोदर तो, जिहड़ा नूरमहल रस्ता जांदा उहदे कोल एक माऊवाल आ, माऊवाल दे गेट दे कोल खड़े हाँ। इत्थे एक सड़क का उद्घाटन जिहड़ा मानयोग सरदार चरणजीत सिंह चन्नी मुख्यमंत्री पंजाब दी योग अगवाई दे हेठ मानयोग सरदार अमरजीत सिंह समरा जिहड़े हलका इंचार्ज भी ने, साबका कैबिनेट मंत्री भी ने, उन्होंने एक इत्थे सड़क का उद्घाटन किया आ, जिस दे विच सरदार जसवीर सिंह उप्पल जिहड़े मार्केट कमेटी चेयरमैन ने, उन्हां दा जिहड़ा उन्हां दी मेहनत सड़क आ, इह जिहड़ा उद्घाटन होया आ। पंजाब के मुख्यमंत्री चरणजीत सिंह चन्नी जी की अगवाई हेठ साढ़े हल्के की डिवेलपमेंट के लिए 8 करोड़ रुपया उन्हों की बार कृपा के नाल सड़क नवीं और चौड़ियाँ करने के लिए सानू दिता गया। उस तहत चंडियाला तो माऊवाल तक जिहड़ी इह सड़क आ एक औलकां तक एक तकरीबन 5 किलोमीटर आ, ये ते 2 करोड़ रुपया खर्च आना हैगा। तो अज असी इस सड़क का उद्घाटन किया, मंडी बोर्ड के अफसर का और मंडी बोर्ड के सारे जड़े चेयरमैन सर जसवीर सिंह उप्पल ते मंडी बोर्ड के जड़े मैंबर आ इन्हां दे नाल इस तरह होर साडे जड़े साथी आ उन्हां दा अज बहुत वड्डी गिणती दे विच इत्थे हाजिर हो के असी इस सड़क का उद्घाटन किया। किसी तरह जड़ियां हो रहियां सड़कां आने वाले दिनों में भी असी वो सारा जो 8 करोड़ रुपया मिले, 4 करोड़ रुपया साड़ी इन नकोदर एरिए 4 करोड़ रुपया नूरमहल एरिए, तो असी कई सड़कों का पहला उद्घाटन कर भी चुके हैं, बाकी जड़िया रेंदियाँ आने वाले दिनों में असी वो कर रहे हैं। ये तो महीना खंड लगू मेरा ख्याल, ये पत्थर का काम ही महीने दे कर देना जी, प्री मिक्स मौसम पर डिपेंड है, जिन्ना मौसम तो जाए तो बाकी हिमाचल तो सर नूरमहल हल्के की गल हल्के दे विच हुंदा जी, ते उत्थे एक सरकारी स्कूल का मसला काफ़ी समय तो लटकिया हुआ जी, ਉਹ ਸਕੂਲ ਵਾਲੀ ਗੱਲ ਮਿਨਿਸਟਰ ਸਾਹਿਬ ਨੇ ਸਾਹਿਬ ਜਿਵੇਂ ਕਿ ਅਕਾਲੀ ਦਲ ਵੱਲੋਂ ਜਿਹੜੀਆਂ ਟਿਕਟਾਂ ਅਨਾਊਂਸ ਕਰ ਦਿੱਤੀਆਂ ਗਈਆਂ ਪਰ ਕਾਂਗਰਸ ਵੱਲੋਂ ਹਜੇ ਤੱਕ ਨਹੀਂ ਕੀਤੀਆਂ ਗਈਆਂ, ਕੀ ਕਾਰਨ ਹੈ ਇਹ? ਕਾਂਗਰਸ ਵਾਲਾ ਕੋਈ ਨਵਾਂ ਕੰਮ ਤਾਂ ਹੈ ਨਹੀਂ, ਉਹ ਤਾਂ ਹਰ ਸਾਲ ਹੀ ਅਖੀਰ 'ਤੇ ਕਿਉਂਕਿ ਵੱਡੀ ਪਾਰਟੀ ਆ ਨੈਸ਼ਨਲ ਲੈਵਲ 'ਤੇ ਬੜੀਆਂ ਉਹਨੀ ਸਲਾਹਾਂ ਕਰਨੀਆਂ ਹੁੰਦੀਆਂ, ਕਈ ਸਰਵੇ ਕਰਾਉਣੇ ਆ ਹੋਰ ਇੱਦਾਂ ਕਰਕੇ, ਕਿਉਂਕਿ ਜਿੱਤਣਾ ਕਾਂਗਰਸ ਨਹੀਂ ਹੁੰਦਾ, ਇਸ ਕਰਕੇ ਉਹ ਅਖੀਰ 'ਤੇ ਹੀ ਮਤਲਬ ਟਿਕਟਾਂ ਅਨਾਊਂਸ ਕਰ। ਨਹੀਂ ਇਸ ਚੀਜ਼ ਦਾ ਫਰਕ ਨਹੀਂ ਪੈ ਰਿਹਾ ਜਿਹੜਾ ਅਕਾਲੀ ਦਲ ਵੱਲੋਂ ਜਿਹੜਾ ਹੈਗਾ ਆਪਣੀਆਂ ਜਿਹੜੀਆਂ ਹੈਗੀਆਂ ਟਿਕਟਾਂ ਅਨਾਊਂਸ ਕਰ? ਅਕਾਲੀ ਦਲ ਦਾ ਤਾਂ ਕੋਈ ਫਰਕ ਨਹੀਂ ਹੈ, ਅਕਾਲੀ ਦਲ ਨੂੰ ਕੋਈ ਅੱਜ ਜੋ ਪ੍ਰੋਗਰਾਮ ਆ ਇਹ ਹਿਸਾਬ ਨਾਲ ਅਕਾਲੀ ਦਲ ਆਪਣੀਆਂ ਫੜਾਂ ਮਾਰੀ ਜਾਂਦਾ ਸੀ, ਆਹ ਕਰ ਦੇਣੀਆਂ ਜੀ, ਫਲਾਨਾ ਕਰ ਦੇਣੀਆਂ, 13 ਰਗਾਤੀ ਪ੍ਰੋਗਰਾਮ ਆ, ਪਰ ਉਹ ਜੋ ਅਨਾਊਂਸ ਕਰਦੇ ਆ ਇੱਧਰ ਤਾਂ ਕਹਿੰਦੇ ਆ ਵੀ ਪੈਸੇ ਕਿੱਥੋਂ ਆਉਣੇ ਆ, ਅਤੇ ਜਿਹੜਾ ਉਹ ਨਹੀਂ ਕਰਨਾ ਆ ਉਹ ਪੈਸੇ ਕਿਹੜੇ ਸਮਾਨ ਤੋਂ ਆ ਜਾਣੇ ਆ, ਉਹ ਸਭ ਇੱਕ ਦੂਜੇ ਨੂੰ ਇਹ ਜਿਹੜਾ ਵਾਧੂ ਕਰਦੇ ਆ ਵੀ ਅਨਾਊਂਸਮੈਂਟਾਂ, ਇਹ ਬਿਲਕੁਲ ਨਹੀਂ ਹੋਣੀਆਂ ਚਾਹੀਦੀਆਂ। ਕਾਂਗਰਸ ਪਾਰਟੀ ਦਾ ਹੀ ਹੁਣ ਸਰਕਾਰ ਆ, ਆਉਣ ਵਾਲੇ ਸਮੇਂ ਵਿੱਚ ਵੀ ਕਾਂਗਰਸ ਦੀ ਹੀ ਸਰਕਾਰ ਬਣਨੀ ਆ। ਸਰ ਜਿਵੇਂ ਕਿ ਚਰਨਜੀਤ ਸਿੰਘ ਚੰਨੀ ਜੀ ਵੱਲੋਂ ਇਹ ਤਾਂ ਹੁਣ ਹਾਈ ਕਮਾਂਡ 'ਤੇ ਨਿਰਭਰ ਕਰਦਾ ਹੈਗਾ, ਜਿਹੜਾ ਵਧੀਆ ਕੰਮ ਕਰਨ ਨੂੰ ਉਹਨੂੰ ਵੀ ਮੌਕਾ ਦਿੱਤਾ ਜਾਊਗਾ। ਸਰ ਇੱਕ ਸਵਾਲ, ਸਰ ਨਕੋਦਰ ਦੀ ਟਿਕਟ ਦਾ ਬਹੁਤ ਸਸਪੈਂਸ ਆ, ਦਾਅਵੇਦਾਰ ਬਹੁਤ ਜ਼ਿਆਦਾ ਆ, ਉਹਦੇ ਬਾਰੇ ਕੀ ਕਹਿਣਾ? ਤੁਹਾਡੇ ਸਾਹਮਣੇ ਖੜਾ ਆ ਪਹਿਲੇ ਕਿ ਸਰ ਅਮਰਜੀਤ ਸਿੰਘ ਸਮਰਾ ਜੋ ਸਾਡੇ ਸਾਬਕਾ ਕੈਬਨਿਟ ਮੰਤਰੀ ਆ ਔਰ ਮੌਜੂਦਾ ਸਾਡੇ ਹਲਕੇ ਦੇ ਇੰਚਾਰਜ ਆ, ਇਹਨਾਂ ਦੀ ਦੇਖ ਰੇਖ ਆ ਜੋ ਸ਼ੰਕਰ ਰੋਡ ਤੋਂ ਮੀਰਪੁਰ, ਮੀਰਪੁਰ ਤੋਂ ਨੂਰਮਹਿਲ ਰੋਡ ਔਰ ਮਾਊਵਾਲ ਤੋਂ ਔਲਕਾਂ, ਜੋ ਔਲਕਾਂ ਤੋਂ ਅੱਗੇ ਸਾਡੇ ਹਲਕਾ ਸ਼ਾਹਕੋਟ ਦੇ MLA ਪਾਸ ਕਰਵਾਈ ਆ, ਲਗਭਗ 16 ਫੁੱਟ ਚੌੜ ਬ੍ਰਿਜ ਬਣਾਈ ਆ ਇਹ, ਇਹ ਨਕੋਦਰ ਦਾ 2nd ਬਾਈਪਾਸ ਬਣਿਆ ਜੀ। ਬਹੁਤ ਸਮੱਸਿਆ ਆਉਂਦੀ ਸੀ ਨਕੋਦਰ ਵਿੱਚ, ਜਦੋਂ ਕੋਈ ਧਾਰਮਿਕ ਕੰਮ ਹੁੰਦਾ ਸਾਡਾ ਸ਼ਹਿਰ ਬਲੋਕ ਹੋ ਜਾਂਦਾ ਸੀ, ਔਰ ਉਸ ਟਾਈਮ ਟ੍ਰੈਫਿਕ ਬੜੀ ਸਮੱਸਿਆ, ਪੂਰਾ ਮਲਵਾ ਜੋ ਬਾਹਰ ਨਕੋਦਰ ਲੰਘਦਾ ਆ, ਇਹ ਸੜਕ ਉਹਨਾਂ ਵਾਸਤੇ ਇੱਕ ਬਹੁਤ ਵੱਡਾ ਪ੍ਰਦਾਨ ਹੋਵੇਗੀ, ਔਰ ਅਸੀਂ ਮੰਡੀ ਬੋਰਡ ਦੇ ਅਫਸਰਾਂ ਦੇ, ਸਮਰਾ ਸਾਹਿਬ ਦੇ, ਸਾਰੇ ਸਾਡੇ ਜਿਹੜੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਇਹ ਸੜਕ ਬਣਵਾਈ, ਔਰ ਧੰਨਵਾਦ। ਹੋਰ ਵੀ ਬਹੁਤ ਸਾਰੀਆਂ ਸੜਕਾਂ ਹੈਗੀਆਂ ਜਿਹੜੀਆਂ, ਉਹਨਾਂ ਦਾ ਵੀ ਕੰਮ ਪੂਰਾ ਹੋਊਗਾ ਜੀ? ਜਿਹੜੀ ਸੜਕ ਹੈਗੀ ਕੋਈ 15 ਕਰੋੜ ਰੁਪਈਆ ਆਇਆ ਘੱਟੋ ਘੱਟ, ਜਿਹੜਾ ਸਾਡਾ ਰਿਪੇਅਰ ਵਾਸਤੇ ਆ,
ਜਿਹੜੇ 8 ਕਰੋੜ ਰੁਪਈਆ ਆਇਆ ਸੀ ਉਹਦੇ ਅਸੀਂ ਰਿਪੇਅਰ ਕਰਤੀ ਸਾਰੀ, ਜੋ ਨਵੀਆਂ ਚੌੜੀਆਂ ਕੀਤੀਆਂ 15 ਕਰੋੜ ਰੁਪਈਆ ਜੋ ਰਿਪੇਅਰ ਕਰਨ ਵਾਸਤੇ ਆਇਆ, ਉਹ ਜੰਗੀ ਪਤਾ 'ਤੇ ਕੰਮ ਚੱਲਿਆ, ਸਾਰੀ ਜਗ੍ਹਾ ਕੰਮ ਚੱਲਿਆ। ਜਿਹੜੀ ਉੱਧਰੋਂ ਜੰਡਿਆਲਾ ਤੋਂ ਗੀਰਾਂ ਸੜਕ ਬਣ ਰਹੀ ਆ ਉਹ ਪ੍ਰਧਾਨ ਮੰਤਰੀ ਯੋਜਨਾ 'ਚ 18 ਫੁੱਟ ਚੌੜੀ ਉਹ ਵੀ ਬਣ ਰਹੀ ਆ, ਤਕਰੀਬਨ ਕਾਬੇ ਕੰਮ 50% ਹੋ ਚੁੱਕਾ ਹੈ।